ਇਹਖੋ ਜਿਹੜਾ ਅਮਰਿਤਪਾਲ ਦਾ ਅਜੰਡਾ ਵਾ ਉਹ ਕਲੀਅਰ ਉਹ ਤਾਂ ਸ਼ਰਿਆਮ ਕਹਿ ਰਿਹਾ ਉਹ ਗੱਲਾਂ ਗੱਲ ਇਹ ਆ ਵੀ ਅਮਰਿਤਪਾਲ ਤਾਕਤਵਰ ਤਾਂ ਆ ਵਾ ਜਦੋਂ ਪੰਜਾਬ ਦਾ ਨੌਜਵਾਨ ਅਗਰ ਉਹਦੇ ਮਗਰ ਚੱਲਦਾ ਆਪਣੇ ਬਾਰੇ ਸੋਚਣਾ ਪਊਗਾ ਵੀ ਅਸੀਂ ਕਿਹੜੇ ਰਾਹ ਤੇ ਚੱਲਣਾ ਔਰ ਇਹਦੇ ਇਸ ਰਾਹ ਦੇ ਅੰਜਾਮ ਨਤੀਜੇ ਦੋਵੇਂ ਰਾਹਾਂ ਦੇ ਅੱਜ ਤੁਸੀਂ ਵੇਖੋ ਲਾਸਟ ਗੱਲ ਇੱਕ ਗੱਲ ਕਰਕੇ ਫਿਰ ਤੁਸੀਂ ਅਗਲਾ ਸਵਾਲ ਪੁੱਛੋ ਅੱਜ ਇੱਕ ਅਜੇ ਬੰਗਾ ਕਰਕੇ ਇੱਕ ਸਿੱਖ ਨੌ ਸਿੱਖ ਬੰਦਾ ਵਰਲਡ ਬੈਂਕ ਦਾ ਸੀਈਓ ਬਣਨ ਜਾ ਰਿਹਾ ਔਰ ਦੂਜੇ ਪਾਸੇ ਆਪਣਾ ਸਿੱਖ ਨੌਜਵਾਨ ਕਿਰਪਾਨਾਂ ਚੱਕ ਕੇ ਆਪਣੇ ਤੇ ਪਰਚੇ ਕਰਾ ਕੇ ਇੱਕ ਲੜਾਈ ਲੜਨ ਜਾ ਰਿਹਾ ਹੈ। ਬਿਹਾਰ ਵਿੱਚ, ਮੱਧਿਆ ਪ੍ਰਦੇਸ਼ ਵਿੱਚ, ਰਾਜਸਥਾਨ ਵਿੱਚ, ਝਾਰਖੰਡ ਵਿੱਚ, ਉੱਤਰ ਪ੍ਰਦੇਸ਼ ਵਿੱਚ ਆਪਣੇ ਤੋਂ ਕਿਤੇ ਵੱਧ ਗਰੀਬੀ ਆ। ਉਹ ਤਾਂ ਵੱਖਰਾ ਦੇਸ਼ ਦੀ ਮੰਗਦੇ, ਸਟੇਟ ਨਹੀਂ ਮੰਗਦੇ, ਉਹ ਤਾਂ ਇਸੇ ਹਿੰਦੁਸਤਾਨ ਸਰਕਾਰ ਦੇ ਨਾਲ ਆਪਣੇ ਆਪ ਨੂੰ ਐਸੋਸੀਏਟ ਕਰਦੇ ਆ। ਤੁਸੀਂ ਅਗਰ ਪਰਚਾ ਰਾਦੀ ਕਰਨਾ ਸੀ ਆਪਣੀ ਬੇਇੱਜ਼ਤੀ ਕਰਵਾਣੀ ਹੋਈ ਸੀ ਤੇ ਉਹਨਾਂ ਦਾ ਚੱਲਣ ਤੋਂ ਪਹਿਲਾਂ ਹੀ ਕਰ ਦਿੰਦੇ। ਅਗਰੇ ਕਨਫਰਨਟੇਸ਼ਨ ਅਵੋਇਡ ਕਰਨੀ ਸੀ ਅਗਰ ਤੁਸੀਂ ਇਸ ਚੀਜ਼ ਨੂੰ ਮਾਨ ਨਹੀਂ ਬਣਾ ਲਿਆ ਸੀ ਜਾਂ ਤੁਸੀਂ ਬਾਰ-ਬਾਰ ਉਹ ਚੀਜ਼ਾਂ ਨੂੰ ਭਾਫ ਦੇ ਰਹੇ ਦੋ ਦਿਨ ਤੋਂ ਉਹ ਅਨਾਉਂਸਮੈਂਟਾਂ ਕਰ ਰਹੇ ਸੀ ਤੁਹਾਡਾ ਇੰਟੈਲੀਜੈਂਸ ਫੇਲੀਅਰ ਸੀ ਤੁਹਾਨੂੰ ਪਤਾ ਸੀ ਵੀ ਇੱਥੇ 10-15 ਹਜ਼ਾਰ ਬੰਦੇ ਇਕੱਠਾ ਹੋ ਜਾਣਾ ਔਰ ਤੁਹਾਨੂੰ ਇਹ ਵੀ ਪਤਾ ਸੀਗਾ ਵੀ ਇਹ ਬੰਦਿਆ ਨੇ ਕਾਨੂੰਨ 'ਚ ਹੱਥ ਉੱਚ ਵੀ ਲੈ ਲੈਣਾ ਜਾਂ ਪਹਿਲਾਂ ਉਹਨੇ ਲੱਖੇ ਸਧਾਨੇ ਤੇ ਪਰਚਾ ਦਿੱਤਾ ਦੋ ਦਿਨਾਂ 'ਚ ਲੱਖੇ ਸਧਾਨੇ ਉਹਨਾਂ ਨੇ ਇਕੱਠ ਕਰ ਲਿਆ ਇਹਨਾਂ ਦੀ ਚੀਕਾਂ ਨਿਕਲ ਗਈਆਂ ਲੱਖੇ ਸਧਾਨੇ ਦਾ ਪਰਚਾ ਕੈਨਸਲ ਉਹਨਾਂ ਨੇ ਅਮਰਿਤਪਾਲ ਉਹਨਾਂ ਤੇ ਪਰਚਾ ਦਿੱਤਾ ਇਹ بار-ਬਾਰ ਟੈਂਪਰੇਚਰ ਚੈੱਕ ਕਰਦੇ ਆ ਪੰਜਾਬ ਦੇ ਨਾਲ ਖਿਲਵਾੜ ਕਰਦੇ ਆ ਅੱਗ ਦੇ ਨਾਲ ਨਾ ਮਤਲਬ ਇੱਕ ਤਰ੍ਹਾਂ ਦਾ ਬਾਰ-ਬਾਰ ਇਹਨਾਂ ਦੀ ਜਿਹੜੀ ਸੋਚ ਸਮਝ ਆ ਇੱਥੋਂ ਦਰਸਾਈ ਜਾਂਦੀ ਆ ਕਿ ਜਿਹੜੇ ਲਬਰੀਤ ਸਿੰਘ ਜਿਹੜਾ ਤੂਫਾਨ ਸਿੰਘ ਮੁੰਡੇ ਦਾ ਨਾਮ ਕਹਿੰਦੇ ਨੇ ਪਹਿਲਾਂ ਉਹਦੇ ਤੇ ਪਰਚਾ ਦੇ ਦਉਂਦੇ ਨੇ ਅਮਰਤਪਾਲ ਕਹਿੰਦਾ ਕਿ ਅਸੀਂ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕਰੀ ਉਹ ਕਹਿੰਦੇ ਵੀ ਉਹਦੇ ਜਿਹੜੇ ਗਰਾਊਂਡ ਸੀਗਾ ਉਹ ਕੋਈ ਬਹੁਤਾ ਮਜ਼ਬੂਤ ਨਹੀਂ ਸੀਗਾ ਤੁਸੀਂ ਪਰਚਾ ਦਿੱਤਾ ਸਾਡੇ ਤੇ ਉਸ ਤੋਂ ਬਾਅਦ ਪੁਲਿਸ ਜੇ ਕਹੀਏ ਕੱਲ ਦਾ ਇਨਸੀਡੈਂਟ ਹੁੰਦਾ ਪੁਲਿਸ ਪਾਚਾ ਰੱਦ ਕਰਾਉਣ ਵੀ ਭੱਜ ਲਾਂਦੀ ਆ ਪੁਲਿਸ ਬੰਦਾ ਛੱਡ ਵੀ ਦਿੰਦੀ ਹੈ ਇਹਦੇ ਤੇ ਇਹ ਨਹੀਂ ਲੱਗਦਾ ਵੀ ਪੁਲਿਸ ਵੀ ਕਿਤਨੇ ਕਿਤੇ ਜਿਹੜੇ ਜਿਹੜੀ ਗੱਲ ਆ ਜਾਂਦੀ ਵੀ ਸਾਡੇ ਨਾਲ ਜ਼ਿਆਦਤੀਆਂ ਹੋਈਆਂ ਜੀ ਜੇ ਤੁਸੀਂ ਪਰਚਾ ਰੱਦ ਕਰਨਾ ਸੀ ਉਹ ਮੈਂ ਤੁਹਾਨੂੰ ਕਹਿੰਦਾ ਸੋਚ ਏਡੀ ਵੱਡੀ ਨਹੀਂ ਹੈਗੀ ਤੁਸੀਂ ਪਰਚਾ ਦੇਣ ਤੋਂ ਸਸੀਕਲ ਜੀ ਕੱਲ ਜਿਸ ਤਰ੍ਹਾਂ ਦੀ ਘਟਨਾਵਾਂ ਜਾਂ ਕਹੀਏ ਕਿ ਘਟਨਾ ਦੇਖਣ ਨੂੰ ਮਿਲੀ ਤੇ ਉਹ ਤਸਵੀਰਾਂ ਤੋਂ ਬਾਅਦ ਜੇ ਕਿਹਾ ਜਾਵੇ ਤਾਂ ਬਹੁਤ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋਈਆਂ ਨੇ ਤੇ ਨਾਲ ਹੀ ਜੇ ਦੇਖਿਆ ਜਾਵੇ ਅੱਜ ਖਾਸੀ ਭਾਵਕ ਹੁੰਦੇ ਬਰਿੰਦਰ ਢਿੱਲੋਂ ਲਾਈਵ ਕਰਦੇ ਨੇਗੇ ਤੇ ਉਹਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਹੋ ਚੁੱਕਦੇ ਨੇ ਕਿ ਸਾਡੇ ਨਾਲ ਬਰਿੰਦਰ ਢਿੱਲੋਂ ਹੈਗੇ ਨੇ ਢਿੱਲੋਂ ਸਾਹਿਬ ਦੇਖਿਆ ਜਾਵੇ ਕੱਲ ਦੀ ਤਸਵੀਰਾਂ ਨੇ ਅਜੇ ਹਾ ਕੀ ਪ੍ਰਭਾਵ ਪਾਇਆ ਕਿ ਜਿਸ ਤਰ੍ਹਾਂ ਦੇ ਨਾਲ ਅਸੀਂ ਥੋੜਾ ਲਾਈਵ ਸੁਣਿਆ ਤੁਸੀਂ ਨੌਜਵਾਨਾਂ ਨੂੰ ਖਾਸ ਤੌਰ ਤੇ ਕਿਤੇ ਨ ਕਿਤੇ ਕਿਹਾ ਕਿ ਆਖਰ ਸ਼ਾਇਦ ਇਹ ਰਾਤ ਸਹੀ ਨਹੀਂ ਹੈਗਾ ਦੇਖੋ ਜਿਹੜਾ ਅਮਰਿਤਪਾਲ ਦਾ ਏਜੰਡਾ ਵਾ ਉਹ ਕਲੀਅਰ ਆ ਉਹ ਤਾਂ ਸ਼ਰਿਆਮ ਕਹਿ ਰਿਹਾ ਉਹ ਗੱਲਾਂ ਹੁਣ ਗੱਲ ਇਹ ਆ ਵੀ ਅਮਰਿਤਪਾਲ ਤਾਕਤਵਰ ਤਾਂ ਆ ਜਦੋਂ ਪੰਜਾਬ ਦਾ ਨੌਜਵਾਨ ਅਗਰ ਉਹਦੇ ਮਗਰ ਚੱਲ ਪੂਗਾ ਔਰ ਅਗਰ ਉਹਦੇ ਨਾਲ ਚੱਲ ਪੂਗਾ ਨੌਜਵਾਨ ਤੇ ਫਿਰ ਅ ਵੱਡੇ ਸਵਾਲ ਵੱਡੀਆਂ ਮੁਸ਼ਕਲਾਂ ਮੇਰੀ ਨਜ਼ਰ ਦੇ ਵਿੱਚ ਖੜੀਆਂ ਹੋ ਜਾਣਗੀਆਂ ਪੰਜਾਬ ਦੇ ਹਾਲਾਤਾਂ ਦੇ ਉੱਤੇ ਮੈਂ ਉਹ ਨੌਜਵਾਨਾਂ ਨਾਲ ਹੀ ਵਾਰਤਾਲਾਪ ਕਰਨਾ ਚਾਹੁੰਦਾ ਵੀ ਆਪਣਾ ਮਕਸਦ ਜ਼ਿੰਦਗੀ ਦੇ ਕੀ ਹੈਗੇ ਆ ਨੌਕਰੀ ਲੈਣਾ ਪੜ੍ਹ ਲਿਖ ਕੇ ਕੰਮ ਕਰਨਾ ਔਰ ਇਹ ਸਾਰਾ ਫਰਸਟ੍ਰੇਟਡ ਨੌਜਵਾਨ ਆ ਉਹ ਨੌਜਵਾਨ ਦੀ ਗਲਤੀ ਨਹੀਂ ਆ ਉਹ ਫਰਸਟ੍ਰੇਸ਼ਨ ਚ ਆ ਉਹਦੇ ਕੋਲ ਰੋਜ਼ਗਾਰ ਨਹੀਂ ਹੈਗਾ ਉਹਨੂੰ ਕੋਈ ਜ਼ਿੰਦਗੀ ਚ ਭਵਿੱਖ ਨਹੀਂ ਵਿਖ ਰਿਹਾ ਔਰ ਉਹ ਸੋਚਦਾ ਵੀ ਸ਼ਾਇਦ ਇਹ ਆਜ਼ਾਦੀ ਕ੍ਰਾਂਤੀ ਔਰ ਇਹ ਰਾਹ ਤੇ ਚੱਲ ਕੇ ਕੱਲ ਨੂੰ ਮੇਰੀ ਜ਼ਿੰਦਗੀ ਚ ਜਿਹੜਾ ਆਤਮਸਮਾਨ ਆ ਰੋਟੀ ਆ ਪਰਿਵਾਰ ਨੂੰ ਪਾਲਣ ਦਾ ਵਾ ਰੋਜ਼ ਦੀ ਜਲਾਲਤ ਨਾਲੋਂ ਵੀ ਇਹ ਰਾ ਚੰਗਾ ਸ਼ਾਇਰ ਇਹਦੇ ਨਾਲ ਮੈਨੂੰ ਜ਼ਿੰਦਗੀ ਮੇਰੀ ਸੁਖੀ ਵੀ ਹੋ ਜਾਊਗੀ ਉਸ ਨੌਜਵਾਨ ਨੂੰ ਮੇਰੀ ਜਰੂਰ ਅਪੀਲ ਆ ਵੀ ਤੁਸੀਂ ਇਸ ਰਾਹ ਤੇ ਚੱਲਣ ਦੇ ਮਾਇਨੇ ਸਮਝੋ ਇਸ ਰਾਹ ਦੇ ਉੱਤੇ ਅੱਜ ਕੁਰਬਾਨਾਂ ਚੱਕਣ ਦਾ ਕੀ ਅੰਜਾਮ ਹੋਊਗਾ ਉਹ ਸਮਝੋ ਔਰ ਇਹਦੇ ਨਾਲ ਆਉਣ ਵਾਲੀ ਪੀੜ੍ਹੀ ਜਾਂ ਉਹ ਕੀੜੀ ਉਹਦਾ ਕੀ ਫਾਇਦਾ ਨੁਕਸਾਨ ਹੋਊਗਾ ਉਸ ਬਾਰੇ ਵਿਚਾਰ ਚਰਚਾ ਕਰੋ ਮੈਂ ਕਹਿੰਦਾ ਇਹ ਤੇ ਖੁੱਲੀ ਡਿਬੇਟ ਕਰੋ ਖੁੱਲੀ ਗੱਲਬਾਤ ਕਰੋ ਰੋਡ ਮੈਪ ਸਮਝੋ ਪਲਾਨ ਸਮਝੋ ਕਰਨਾ ਕੀ ਚਾਹੁੰਦੇ ਆ ਆਈਡੀਆ ਜੋ ਹੈਗਾ ਉਹ ਸਭ ਨੂੰ ਪਤਾ ਇੱਕ ਪਾਸੇ ਇੱਕ ਬੰਦਾ ਕਹਿੰਦਾ ਵੀ ਨਹੀਂ ਆਪਾਂ ਨੂੰ ਇੱਕ ਵੱਖਰਾ ਜ਼ਮੀਨ ਦਾ ਟੋਟਾ ਚਾਹੀਦਾ ਸਾਰਿਆਂ ਕੋਲ ਜ਼ਮੀਨ ਦੇ ਟੋਟੇ ਆ ਸਾਨੂੰ ਵੀ ਇਹ ਜ਼ਮੀਨ ਦਾ ਟੋਟਾ ਚਾਹੀਦਾ ਔਰ ਉਸ ਜ਼ਮੀਨ ਦੇ ਟੋਟੇ ਦੇ ਨਾਲ ਮਿਲ ਕੇ ਆਪਣਾ ਪਾਣੀ ਬਾਜੂ ਤੁਹਾਨੂੰ ਨੌਕਰੀ ਮਿਲ ਜੂ ਪ੍ਰਦੂਸ਼ਣੋਂ ਬਾਜੂ ਤੁਹਾਡਾ ਆਤਮ ਸਨਮਾਨ ਹੋ ਜੂ ਸੋ ਇਹ ਸਵਾਲ ਆ ਜਿਨ੍ਹਾਂ ਦੇ ਉੱਤੇ ਵਿਚਾਰ ਚਰਚਾ ਡਿਬੇਟ ਡਾਇਲੌਗ ਹੋਣਾ ਚਾਹੀਦਾ ਵਾ ਅੱਗੇ ਆਲਰੇਡੀ ਅਗਰ ਇਹ ਹੀ ਹੁੰਦਾ ਤੇ ਅੱਜ ਤੁਸੀਂ ਮੈਂ ਉਹਦੇ ਵਿੱਚ ਵੀ ਇਹ ਕਿਹਾ ਬਿਹਾਰ ਵਿੱਚ ਮੱਧਿਆ ਪ੍ਰਦੇਸ਼ ਵਿੱਚ ਰਾਜਸਥਾਨ ਵਿੱਚ ਝਾਰਖੰਡ ਵਿੱਚ ਉੱਤਰ ਪ੍ਰਦੇਸ਼ ਵਿੱਚ ਆਪਣੇ ਤੋਂ ਕਿਤੇ ਵੱਧ ਗਰੀਬੀ ਆ ਉਹ ਤਾਂ ਵੱਖਰਾ ਦੇਸ਼ ਦੀ ਮੰਗਦੇ ਸਟੇਟ ਨਹੀਂ ਮੰਗਦੇ ਉਹ ਤਾਂ ਇਸੇ ਹਿੰਦੁਸਤਾਨ ਸਰਕਾਰ ਦੇ ਨਾਲ ਆਪਣੇ ਆਪ ਨੂੰ ਐਸੋਸੀਏਟ ਕਰਦੇ ਆ ਅਗਰ ਵੱਖਰੀਆਂ ਸਟੇਟਾਂ ਨਾਲ ਇਹ ਸਾਰਾ ਕੁਝ ਆਪਣੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ ਤੇ ਜੀ ਸਦਕੇ ਆਪਾਂ ਇਹਦੇ ਬਾਰੇ ਸੋਚੋ ਲੇਕਿਨ ਇਹ ਲੈਣਾ ਕਿਵੇਂ ਆ ਹੋਣਾ ਕੀ ਆ ਇਹਦਾ ਰੋਡ ਮੈਪ ਕੀ ਆ ਆਪਾਂ ਸਾਡੀ ਅਮਰਤਪਾਲ ਨਾਲ ਜਿਹੜੀ ਗੱਲ ਬਣਾ ਦਿੰਦੇ ਆ ਜਿਵੇਂ ਤੁਸੀਂ ਵੀ ਕਈ ਵਾਰ ਕਰਦੋਗੇ ਅਮਰਤਪਾਲ ਅਮਰਤਪਾਲ ਦੇ ਖਿਲਾਫ ਕੋਈ ਨਹੀਂ ਉਹਦਾ ਤਾਂ ਏਜੰਡਾ ਕਲੀਅਰ ਆ ਉਹਨੇ ਤਾਂ ਆਪਣੀ ਕ੍ਰੈਡਿਟੀ ਕੀਤੀ ਹੋਈ ਆ ਸਾਨੂੰ ਵੀ ਕ੍ਰੈਡਿਟੀ ਕਰਨੀ ਪਊਗੀ ਨੌਜਵਾਨਾਂ ਨੂੰ ਵੀ ਕ੍ਰੈਡਿਟੀ ਕਰਨੀ ਪਊਗੀ ਮੇਰੀ ਤਾਂ ਉਹਨਾਂ ਤੱਕ ਅਪੀਲ ਆ ਉਹ ਨੌਜਵਾਨਾਂ ਤੱਕ ਵੀ ਤੁਸੀਂ ਸੋਚੋ ਸਮਝੋ ਯਾਰ ਤੁਸੀਂ ਗੱਲ ਕਰਪਾਨਾਂ ਚੱਕ ਕੇ ਥਾਣਿਆਂ ਦੇ ਵਿੱਚ ਵੜ ਰਹੇ ਹੋ ਕਿਹਦੇ ਮਗਰ ਲੱਗੇ ਆਪਾਂ ਨੂੰ ਮਤਲਬ ਆਪਾਂ ਆਪਾਂ ਸਰਕਾਰ ਦੇ ਗੋਡੇ ਲਵਾਣੇ ਆ ਤੁਹਾਡੀ ਫ੍ਰਸਟ੍ਰੇਸ਼ਨ ਆ ਸਰਕਾਰ ਨਾਲ ਤੁਹਾਡੀ ਸਿਸਟਮ ਦੇ ਉਲਟ ਲੜਾਈ ਆ ਤੁਸੀਂ ਪਰੇਸ਼ਾਨ ਹੋ ਸਿਸਟਮ ਤੋਂ ਤੁਹਾਡੀ ਕਿਤੇ ਸਫਾਰਿਸ਼ ਨਹੀਂ ਚੱਲੀ ਹੋਊਗੀ ਤੁਹਾਨੂੰ ਆਪਰਚੂਨਿਟੀ ਨਹੀਂ ਮਿਲੀ ਹੋਊਗੀ ਤੁਹਾਨੂੰ ਸ਼ਾਇਦ ਕਦੀ ਤੁਹਾਡੇ ਤੁਸੀਂ ਜਲੀਲ ਬਹੁਤ ਥਾਂ ਹੋਏ ਹੋਏ ਹੋਗੇ ਲੇਕਿਨ ਜਿਹੜਾ ਮਾਡਲ ਇਹ ਦੇ ਰਿਹਾ ਇਹ ਤਾਂ ਇੱਕ ਆਪਾਂ ਨੂੰ ਤਾਂ ਫਰਸਟ੍ਰੇਸ਼ਨ ਦੇ ਵਿੱਚ ਆ ਕੇ ਆਪਾਂ ਕਹਿੰਦਾ ਯਾਰ ਹੋਰ ਕੱਖ ਨਹੀਂ ਜਮੇ ਲੋਕਾਂ ਨੇ ਬਦਲਾਅ ਚ ਵੋਟਾਂ ਪਾਤੀਆਂ ਆਮ ਆਦਮੀ ਨੂੰ ਵੋਟਾ ਇਸੇ ਕਰਕੇ ਪਾਤੀ ਇਹ ਕਾਂਗਰਸ ਵੀ ਮਾੜੀ ਕਾਲੀ ਦਲ ਵੀ ਮਾੜਾ ਇਹ ਦੋਵੇਂ ਮਾੜੇ ਸੀ ਤੀਜਾ ਟਰਾਈ ਕਰ ਲੋ ਤੇ ਤੀਜੇ ਦਾ ਨਤੀਜਾ ਵੇਖ ਲੋ ਹੁਣ ਤੀਜੇ ਦੇ ਨਤੀਜੇ ਸਾਰਿਆਂ ਦੇ ਸਾਹਮਣੇ ਆ ਨਾ ਤੇ ਫਿਰ ਕੱਲ ਨੂੰ ਇਹੋ ਜਿਹੀਆਂ ਚੀਜ਼ਾਂ ਆਪਾਂ ਆਪਾਂ ਕਨਫਰਨਟ੍ਰੇਸ਼ਨ 'ਚ ਵੀ ਆ ਜੀ ਆਪਾਂ ਭਾਈ ਭਾਈ ਆਪਸ 'ਚ ਵੀ ਲੜ ਪਈਏ ਸਾਡਾ ਆਪਸ 'ਚ ਵੀ ਵਤੀਰਾ ਹੋ ਜਾਏ ਫਿਰ 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 ਇਹੀ ਇਹੀ ਐਗਜ਼ੈਕਟਲੀ ਗੱਲ ਆ ਇਸ ਤੋਂ ਵੱਡਾ ਐਗਜ਼ਾਮਪਲ ਨਹੀਂ ਵੀ ਤੁਸੀਂ ਦੋਵਾਂ ਨੂੰ ਪਰਖ ਕੇ ਤੀਜਾ ਪਰਖ ਲਿਆ ਤੁਸੀਂ ਸੋਚਿਆ ਬਦਲਾਵ ਲਿਆਵਾਂਗੇ ਬਿਲਕੁਲ ਨਵੇਂ ਲਿਆਓ ਬਿਲਕੁਲ ਨੌ ਸਿੱਖੀਏ ਲਿਆਓ ਆ ਜੋਦੇ ਨਤੀਜੇ ਕੀ ਆ ਕੱਲ ਨੂੰ ਫਿਰ ਤੁਸੀਂ ਕਿਸੇ ਦੇ ਮਗਰ ਲੱਗੇ ਜੇ ਔਰ ਫਿਰ ਬਿਨਾਂ ਸੋਚੇ ਸਮਝੇ ਵਿਚਾਰ ਕੀਤੇ ਮੈਂ ਤਾਂ ਬੜੇ ਸਿਕਸ ਸਕਾਲਰਸ ਦੇ ਨਾਮ ਲੱਤੇ ਭਾਈ ਵੀਰ ਸਿੰਘ ਆ ਸੰਤ ਸਿੰਘ ਮਸਕੀਨ ਆ ਜਿਹੜੇ ਸਿਕਸ ਸਕਾਲਰ ਆ ਜਿਨ੍ਹਾਂ ਨੇ ਵਿਆਖਿਆਵਾਂ ਕੀਤੀਆਂ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕੀਤੀ ਆ ਇਹ ਸਾਰੀਆਂ ਚੀਜ਼ਾਂ ਦੇ ਅੱਜ ਦੇ ਸਮੇਂ 'ਚ ਕੋਈ ਉੱਠਦਾ ਉਹ ਵਿਆਖਿਆ ਕਰਦਾ ਔਰ ਲੋਕ ਸਮਝ ਦੇ ਇਸ਼ਾਰੇ ਇਹੀ ਸਹੀ ਵਿਆਖਿਆ ਵਾ ਸੋ ਇਹ 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 ਨੌਜਵਾਨਾਂ ਨੂੰ WhatsApp ਔਰ Facebook ਯੂਨੀਵਰਸਿਟੀ ਤੋਂ ਬਾਹਰ ਆ ਕੇ ਆਪਣੇ ਬਾਰੇ ਸੋਚਣਾ ਪਊਗਾ ਵੀ ਅਸੀਂ ਕਿਹੜੇ ਰਾਹ ਤੇ ਚੱਲਣਾ ਔਰ ਇਹਦੇ ਇਸ ਰਾਹ ਦੇ ਅੰਜਾਮ ਨਤੀਜੇ ਦੋਵੇਂ ਰਾਵਾਂ ਦੇ ਅੱਜ ਤੁਸੀਂ ਵੇਖੋ ਲਾਸਟ ਗੱਲ ਇੱਕ ਗੱਲ ਕਰਕੇ ਫਿਰ ਤੁਸੀਂ ਅਗਲਾ ਸਵਾਲ ਪੁੱਛ ਲਿਓ ਅੱਜ ਇੱਕ ਅਜੇ ਬੰਗਾ ਕਰਕੇ ਇੱਕ ਸਿੱਖ ਨੌ ਸਿੱਖ ਬੰਦਾ ਵਰਲਡ ਬੈਂਕ ਦਾ ਸੀਈਓ ਬਣਨ ਜਾ ਰਿਹਾ ਔਰ ਦੂਜੇ ਪਾਸੇ ਆਪਣਾ ਸਿੱਖ ਨੌਜਵਾਨ ਕਿਰਪਾਨਾ ਚੱਕ ਕੇ ਆਪਣੇ ਤੇ ਪਰਚੇ ਕਰਾ ਕੇ ਇੱਕ ਲੜਾਈ ਲੜਨ ਜਾ ਰਿਹਾ ਹੁਣ ਇਹ ਨੌਜਵਾਨਾਂ ਨੇ ਫੈਸਲਾ ਕਰਨਾ ਵੀ ਕੀ ਅਸੀਂ ਦੁਨੀਆ ਦੇ ਵਿੱਚ ਜਿਹੜੀ ਆਪਣੀ ਇੱਕ ਸਿੱਖ ਪੰਜਾਬੀ ਕੌਮ ਆ ਪਿੱਕੀ ਅਸੀਂ ਪੜੇ ਲਿਖੇ ਪੜ੍ਹ ਲਿਖ ਕੇ oportunidades ਲੈ ਕੇ ਮਿਹਨਤਾਂ ਕਰਕੇ ਕਈ ਸੀਈਓਜ਼ ਦੇ ਨਾਮ ਲਿੱਤੇ ਅਸੀਂ ਉਹਨਾਂ ਦੇ ਰਾਹ ਤੇ ਚੱਲਣਾ ਠੀਕ ਹੈ ਕਈ ਨਹੀਂ ਬਣ ਸਕਣਗੇ ਲੇਕਿਨ ਜਿਹੜੇ ਨਹੀਂ ਬਣ ਸਕਣਗੇ ਉਹਨਾਂ ਦੀ ਗਿਣਤੀ ਘੱਟ ਰਹੂਗੀ ਜੀ ਮੈਂ ਤਾਂ ਕਰਕੇ ਮੈਂ ਕਹਿੰਦਾ ਜਾਂ ਅਸੀਂ ਕਿਰਪਾਨਾ ਚੱਕ ਕੇ ਆਹ ਸਾਰੀਆਂ ਚੀਜ਼ਾਂ ਕਰਕੇ ਆਪਾਂ ਇਸ ਰਾਹ ਤੇ ਚੱਲਣਾ ਔਰ ਫਿਰ ਇੱਕ ਜ਼ਮੀਨ ਦੇ ਟੋਟਾ ਲੈ ਕੇ ਫਿਰ ਆਪਾਂ ਆਪਸ ਲੜਨਾ ਫਿਰ ਆਪਾਂ ਇਹ ਸਭ ਕੁਝ ਕਰਨਾ ਔਰ ਇਹ ਵੀ ਇੱਕ ਚੀਜ਼ ਹੋਰ ਹੈ ਕਿ ਇਹ ਬੁ ਮਾਮਲੇ ਨੇ ਇੱਕ ਚੀਜ਼ ਹੋਰ ਬੜੀ ਸਾਹਮਣੇ ਰੱਖੀ ਸ਼ਾਇਦ ਪੁਲਿਸ ਨੂੰ ਵੀ ਹਜੇ ਉਹ ਜਾ ਜਵਾਬ ਨਹੀਂ ਦਿੱਤਾ ਜਾ ਰਿਹਾ ਕਿ ਜਿਹੜੇ ਲਵਪ੍ਰੀਤ ਸਿੰਘ ਜਿਹੜਾ ਤੂਫਾਨ ਸਿੰਘ ਮੁੰਡੇ ਦਾ ਨਾਮ ਕਹਿੰਦੇ ਨੇ ਪਹਿਲਾਂ ਉਹਦੇ ਤੇ ਪਰਚਾ ਦੇ ਦਉਂਦੇ ਨੇ ਅਮਰਤਪਾਲ ਕਹਿੰਦਾ ਕਿ ਅਸੀਂ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕਰੀ ਉਹ ਕਹਿੰਦੇ ਵੀ ਉਹਦੇ ਜਿਹੜੇ ਗਰਾਊਂਡ ਸੀਗਾ ਉਹ ਕੋਈ ਬਹੁਤਾ ਮਜ਼ਬੂਤ ਨਹੀਂ ਸੀਗਾ ਤੁਸੀਂ ਪਰਚਾ ਦਿੱਤਾ ਸਾਡੇ ਤੇ ਉਸ ਤੋਂ ਬਾਅਦ ਪੁਲਿਸ ਜੇ ਕਹੀਏ ਕੱਲ ਦਾ ਇਨਸੀਡੈਂਟ ਹੁੰਦਾ ਪੁਲਿਸ ਪਾਚਾ ਰੱਦ ਕਰਾਉਣ ਵੀ ਭੱਜ ਲਾਂਦੀ ਆ ਪੁਲਿਸ ਬੰਦਾ ਛੱਡ ਵੀ ਦਿੰਦੀ ਹੈ ਇਹਦੇ ਤੇ ਇਹ ਨਹੀਂ ਲੱਗਦਾ ਵੀ ਪੁਲਿਸ ਵੀ ਕਿਤਨੇ ਕਿਤੇ ਜਿਹੜੇ ਜਿਹੜੀ ਗੱਲ ਆ ਜਾਂਦੀ ਵੀ ਸਾਡੇ ਨਾਲ ਜ਼ਿਆਦਤੀਆਂ ਹੋਈਆਂ ਜੀ ਇਹ ਕਿਤਨੇ ਕਿਤੇ ਪੁਲਿਸ ਨੇ ਜਿਹੜਾ ਰੋਲ ਅਦਾ ਕਰਿਆ ਉਹਦੇ ਕਰਕੇ ਆਖਰਕਾਰ ਲੱਗਿਆ ਵੀ ਹਾਂ ਭਾਈ ਸਾਡੇ ਨਾਲ ਕਿਤੇ ਦੁਬਾਰੇ ਹੋਈ ਕੰਮ ਤਾਂ ਨਹੀਂ ਸ਼ੁਰ ਉਹ ਆਪਣੀ ਤਾਕਤ ਵੀ ਵਿਖਾ ਗਏ। ਉਹਨੇ ਜੋ ਇਹਨਾਂ ਨਾਲ ਹਾਲਾਤ ਜੋ ਇਹਨਾਂ ਨੇ ਬਣਾਏ ਕਨਫਰੋਂਟੇਸ਼ਨ ਸੀਗੀ ਬੜੀ ਦੇਰ ਤੋਂ ਅਮਰਿਤਪਾਲ ਦੀ ਗੱਲ ਨਹੀਂ ਹੋ ਰਹੀ ਸੀ। ਉਹਨਾਂ ਨੂੰ ਇੱਕ ਮੌਕਾ ਮਿਲਿਆ ਲੇਕਿਨ ਵੱਡੇ ਜਿਹੜਾ ਸਵਾਲ ਖੜਾ ਹੁੰਦਾ ਵੀ ਇਹ ਸਰਕਾਰ ਕਿੱਡੀ ਨਕਮੀ ਔਰ ناکਾਮਯਾਬ ਔਰ ਕਿੱਡੀ ਵਿਜਨਲੈਸ ਆ। ਜਾਂ ਪਹਿਲੇ ਉਹਨੇ ਲੱਖੇ ਸਿਧਾਣੇ ਤੇ ਪਰਚਾ ਦਿੱਤਾ। 2 ਦਿਨਾਂ ਚ ਲੱਖੇ ਸਿਧਾਣੇ ਉਹਨਾਂ ਨੇ ਇਕੱਠ ਕਰ ਲਿਆ ਇਹਨਾਂ ਦੀ ਚੀਕਾਂ ਨਿਕਲ ਗਈਆਂ। ਲੱਖੇ ਸਿਧਾਣੇ ਦਾ ਪਰਚਾ ਕੈਨਸਲ। ਹੁਣ ਉਹਨਾਂ ਨੇ ਅਮਰਿਤਪਾਲ ਹੋਣਾ ਤੇ ਪਰਚਾ ਦਿੱਤਾ। ਇਹ ਬਾਰ-ਬਾਰ ਟੈਂਪਰੇਚਰ ਚੈੱਕ ਕਰਦੇ ਆ ਪੰਜਾਬ ਦੇ ਨਾਲ ਖਿਲਵਾੜ ਕਰਦੇ ਆ ਅੱਗ ਦੇ ਨਾਲ ਨਾ ਮਤਲਬ ਇੱਕ ਤਰ੍ਹਾਂ ਤੋਂ ਬਾਰ-ਬਾਰ ਇਹਨਾਂ ਦੀ ਜਿਹੜੀ ਸੋਚ ਸਮਝ ਆ ਇੱਥੋਂ ਦਰਸਾਈ ਜਾਂਦੀ ਆ ਹੁਣ ਲੱਤਾਂ ਇਹਨਾਂ ਦੀ ਭਾਰ ਨਹੀਂ ਚਲਦੀਆਂ ਸੀ ਜਿਸ ਦਿਨ ਆਏ ਉਧਰ ਇਨਵੈਸਟਮੈਂਟ ਸਬਮਿਟ ਕਰ ਰਹੇ ਆ ਤੇ ਉਧਰ ਅਗਲਿਆਂ ਨੇ ਇਨਵੈਸਟਮੈਂਟ ਤੇ ਧੱਜੀਆਂ ਉਡਾਉਂਦੀਆਂ ਲਾਅ ਐਂਡ ਆਰਡਰ ਦੀਆਂ ਇਨਵੈਸਟਮੈਂਟ ਸਬਮਿਟ ਦੀਆਂ ਤੋਂ ਧੱਜੀਆਂ ਉਡਾਉਂਦੀਆਂ ਦੱਸਦੀਆਂ ਵੀ ਪੰਜਾਬ ਦੇ ਵਿੱਚ ਪੁਲਿਸ ਦਾ ਕੰਟਰੋਲ ਕਿੰਨਾ ਕਰ ਗਿਆ ਇਹ ਕਮਜ਼ੋਰ ਮੁੱਖ ਮੰਤਰੀਆਂ ਦੀ ਨਿਸ਼ਾਨੀ ਆ ਔਰ ਪੰਜਾਬ ਕਦੀ ਕਮਜ਼ੋਰ ਲੋਕਾਂ ਨੂੰ ਪਸੰਦ ਨਹੀਂ ਪੰਜਾਬ ਨੇ ਹਮੇਸ਼ਾ ਦਲੇਰੀ ਨੂੰ ਦ੍ਰਿੜਤਾ ਨੂੰ ਬਹਾਦਰੀ ਨੂੰ ਹਮੇਸ਼ਾ ਹੀ ਉਹਨਾਂ ਨੇ ਸਲਾਮ ਕੀਤਾ ਤੇਰੇ ਮੁੱਖ ਮੰਤਰੀ ਦਾ ਹਾਲ ਬਹੁਤ ਮਾੜਾ ਹੋਣਾ ਜਿਸ ਤਰੀਕੇ ਦੇ ਨਾਲ ਕੱਲ ਲੋਕਾਂ ਦੇ ਵਿੱਚ ਇਹ ਚੱਲ ਗਿਆ ਵੀ ਇਹ ਤਾਂ ਸੀਐਮ ਜਿਹੜਾ ਵਾ ਸਿਰਫ ਫੇਸਬੁੱਕ ਔਰ ਸਿਰਫ ਆਪਣਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਵਾ ਵਾਈ ਖੱਟਣ ਦਾ ਸਟੇਜ ਚਲਾਣੀ ਇੱਕ ਦਿਨ ਦਾ ਕੰਮ ਹੁੰਦਾ ਸਟੇਟ ਚਲਾਣੀ 5 10 ਸਾਲ 15 ਸਾਲ ਦੀ ਸੋਚ ਦਾ ਕੰਮ ਹੁੰਦਾ ਇਹਨਾਂ ਦੀ ਸੋਚ ਇੱਕ ਦਿਨ ਤੋਂ ਵੱਡੀ ਨਹੀਂ ਹੈਗੀ ਔਰ ਜੇ ਤੁਸੀਂ ਪਰਚਾ ਰੱਦ ਕਰਨਾ ਸੀ ਉਹ ਮੈਂ ਤੁਹਾਨੂੰ ਕਹਿੰਦਾ ਸੋਚ ਏਡੀ ਵੱਡੀ ਨਹੀਂ ਹੈਗੀ ਤੁਸੀਂ ਪਰਚਾ ਦੇਣ ਤੋਂ ਪਹਿਲਾਂ ਸੋਚ ਲੈਂਦੇ ਵੀ ਇਹਦਾ ਨਤੀਜੇ ਕੀ ਹੋ ਸਕਦੇ ਆ ਤੁਸੀਂ ਬਾਰ ਬਾਰ ਟੈਂਪਰੇਚਰ ਚੈੱਕ ਕਰਕੇ ਕਰਦੇ ਪਏ ਉਹਨਾਂ ਦਾ ਤੁਸੀਂ ਬਾਰ ਬਾਰ ਉਹਨਾਂ ਦੇ ਨਾਲ ਮਤਲਬ ਉਹਨਾਂ ਨੂੰ ਕਨਫਰੰਟੇਸ਼ਨ ਚ ਲੈ ਕੇ ਆ ਕੇ ਉਹਨਾਂ ਨੂੰ ਇੱਕ ਧਿਰ ਸਾਬਤ ਕਰਨਾ ਚਾਹੁੰਦੇ ਹੋ ਤੁਸੀਂ ਕਰ ਉਹਨਾਂ ਨੇ ਸਾਬਤ ਕਰਤਾ ਨਾ ਤੁਸੀਂ ਵੀ ਪੰਜਾਬ ਦੇ ਵਿੱਚ ਉਹਨਾਂ ਦੀ ਮਰਜ਼ੀ ਤੋਂ ਬਿਨਾ ਜਦੋਂ ਉਹਨਾਂ ਦਾ ਦਿਲ ਕਰੂਗਾ ਬੰਦਾ ਛੁਡਾ ਲੈਣਗੇ ਜਦੋਂ ਉਹਨਾਂ ਦਾ ਦਿਲ ਕਰੂਗਾ ਪਰਚਾ ਰੱਦ ਕਰਾ ਲੈਣਗੇ ਉਹ ਤਾਂ ਸਰਕਾਰ ਤੋਂ ਵੀ ਉੱਪਰ ਹੋਗੇ ਸੋ ਇਸ ਕਰਕੇ ਇਹ ਗੱਲ ਇਸਟੈਬਲਿਸ਼ ਹੋਈ ਗੱਲ ਔਰ ਔਰ ਵਾਕਿਆ ਇਹ ਤਾਕਤਾਂ ਜਿਹੜੀਆਂ ਵਾ ਜੜੜਾਂ ਇਹੋ ਜੀਆਂ ਚੀਜ਼ਾਂ ਹੁੰਦੀਆਂ ਇਹਦੇ ਵਿੱਚ ਜਿਹੜੇ ਪੋਲਿਟੀਕਲ ਡਿਸੀਜਨ ਮੇਕਰਸ ਹੁੰਦੇ ਆ ਉਹਨਾਂ ਦਾ ਸਭ ਤੋਂ ਵੱਡਾ ਕਸੂਰ ਹੁੰਦਾ ਅਗਰ ਬਾਬਰੀ ਮਸਜਿਦ ਹੋਇਆ ਉਦੋਂ ਵੀ ਇਨ ਡਿਸੀਜਨ ਜਿਹੜਾ ਸੀ ਕਾਂਗਰਸ ਗਵਰਨਮੈਂਟ ਦਾ ਸੀ ਇਹ ਫੈਸਲਾ ਨਹੀਂ ਕਰ ਸਕੇ ਇਹਨਾਂ ਦਾ ਕਰਨਾ ਕੀ ਆ ਤੇ ਕੀ ਨਹੀਂ ਕਰਨਾ ਔਰ ਉਹਦਾ ਨਤੀਜਾ ਇਹ ਹੋਇਆ ਫੈਨੈ ਵੱਧ ਕੇ ਆਇਆ ਅੱਜ ਵੀ ਇਹ ਫੈਨੇਟਿਕਸ ਇਹ ਫੈਨੇਟਿਸਿਜ਼ਮ ਆ ਜਿਹਦੇ ਅੰਦਰ ਆਪਾਂ ਕਹਿੰਦੇ ਆ ਵੀ ਆਪਾਂ ਲਊ ਡੋਲ ਜੇ ਕਾਨੂੰਨ ਹੱਥ ਵਿੱਚ ਲੈ ਲਈਏ ਕਿਉਂਕਿ ਦੇਸ਼ ਦਾ ਇੱਕ ਇੰਸਟੀਟਿਊਸ਼ਨਸ ਦੇ ਉੱਤੇ ਚੱਲਣ ਵਾਲਾ ਦੇਸ਼ ਆ ਦੇਸ਼ ਉਹ ਹੀ ਜਿਹੜਾ ਵੀ ਕੋਈ ਦੇਸ਼ ਹੋਊਗਾ ਇੰਸਟੀਟਿਊਸ਼ਨਸ ਤੇ ਚੱਲੂਗਾ ਭਾਵੇਂ ਕਿਹੜਾ ਵੀ ਕੋਈ ਦੇਸ਼ ਹੋਵੇ ਲੇਕਿਨ ਤੁਸੀਂ ਇੰਸਟੀਟਿਊਸ਼ਨ ਤੇ ਧਜੀਆਂ ਉਡਾ ਦਿਓ ਲੋਕਾਂ ਦਾ ਵਿਸ਼ਵਾਸ ਛੁੱਟ ਜੇ ਇੰਸਟੀਟਿਊਸ਼ਨ ਤੇ ਥਾਣਿਆਂ ਤੇ ਜਾ ਕੇ ਕਬਜ਼ੇ ਹੋ ਜਾਣ ਪੁਲਿਸ ਵਾਲਿਆਂ ਦੇ ਸੱਟਾਂ ਵੱਜਣ ਉਹ ਵੀ ਆਪਣੇ ਭਾਈ ਆ ਅਗਰ ਉਹਨਾਂ ਨੇ ਇੱਕ ਤਰ੍ਹਾਂ ਤੋਂ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਆਰਡਰ ਹੀ ਨਹੀਂ ਸੀਗਾ ਕਿਉਂਕ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਨਾ ਇਹ ਮਾਹੌਲ ਜਿਹੜਾ ਵਾ ਇਹ ਪੋਲਿਟਿਕਲ ਲੋਕਾਂ ਦੀ ਇਨ ਡਿਸੀਜਨ ਮੇਕਿੰਗ ਇਨ ਡਿਸੀਜਨ ਨਾਲ ਫੈਸਲੇ ਲੈਣ ਦੀ ਸਮਰੱਥਾ ਔਰ ਨਾ ਸਮਝ ਰੱਖਣ ਦੀ ਸਮਰੱਥਾ ਵੀ ਇਹਦੇ ਨਤੀਜੇ ਕੀ ਹੋਣਗੇ ਇਹ ਉਹਦਾ ਨਤੀਜਾ ਪਰ ਦੂਜੇ ਪਾਸੇ ਦੇਖੀਏ ਤਾਂ ਆਖਰ ਇਹ ਜਿਹੜਾ ਪੂਰਾ ਇਨਸੀਡੈਂਟ ਸੀ ਉਹਦੇ ਵਿੱਚ ਪੁਲਿਸ ਇਹ ਗੱਲ ਕਹਿੰਦੀ ਹੈ ਕਿ ਗੁਰੂ ਸਾਹਿਬ ਦੀ ਬੀੜ ਅਗੇ ਸੀ ਅਸੀਂ ਕੁਝ ਕਰ ਨਹੀਂ ਸਕਦੇ ਸੀਗੇ ਸਾਡਾ ਸਨਮਾਨ ਉਹਨਾਂ ਦੇ ਨਾਲ ਉਹਨਾਂ ਦੇ ਬਰਾਬਰ ਹੈ ਦੂਜੇ ਪਾਸੇ ਡੀਜੀਪੀ ਵੀ ਇਹੀ ਗੱਲ ਕਹਿੰਦੇ ਨੇ ਤੀਜੇ ਪਾਸੇ ਸਰਕਾਰ ਦੇ ਨੁਮਾਇੰਦੇ ਵੀ ਇਹੀ ਗੱਲ ਕਹਿੰਦੇ ਨੇਗੇ ਉਹਦੇ ਤੇ ਸਵਾਲੇ ਉੱਠਦਾ ਹੈ ਤੇ ਹਾਲਾਂਕਿ ਕਈ ਲੋਕ ਇਸ ਚੀਜ਼ ਨੂੰ ਲੈ ਕੇ ਆਪਦੀਆਂ ਅਲੱਗ-ਅਲੱਗ رائے ਰੱਖਦੇ ਨੇ ਪਰ ਸਮਝੋ ਵੀ ਇਹ ਪ੍ਰੋਟੈਸਟ ਤਾਂ ਜੇ ਕੱਲ ਨੂੰ ਵੀ ਕਿਸੇ ਨਾ ਕਿਸੇ ਚੀਜ਼ ਦੇ ਖਿਲਾਫ ਹੋ ਸਕਦਾ ਵੀ ਉਹ ਸਹੀ ਵੀ ਕਰ ਰਹੇ ਹੋਣ ਪ੍ਰੋਟੈਸਟ ਤਾਂ ਕੱਲ ਨੂੰ ਵੀ ਤੋ ਆਪਾਂ ਅੱਗੇ ਵਧਾਂਗੇ ਤੋ ਤੁਹਾਨੂੰ ਕੀ ਲੱਗਦਾ ਵੀ ਆਖਰਕਾਰ ਇਹ ਇੱਕ ਕਹੇ ਜਾਂ ਫੈਸਲਾ ਸੀਗਾ ਦੇਖੋ ਇਹਦੇ ਵਿੱਚ ਪ੍ਰੋਟੈਸਟ ਕਿਸੇ ਦਾ ਵੀ ਹੱਕ ਆ ਸਹੀ ਗਲਤ ਵੀ ਉਹਦਾ ਹੱਕ ਆ ਉਹਦਾ ਹੱਕ ਆ ਕਰਨਾ ਇਸ ਤਰ੍ਹਾਂ ਵੀ ਪ੍ਰੋਟੈਸਟ ਔਰ ਉਸ ਚੀਜ਼ ਨੂੰ ਲੈ ਕੇ ਆਪਾਂ ਉਸ ਗੱਲ ਨੂੰ ਡਾਇਲੂਟ ਨਾ ਕਰੀਏ ਪਹਿਲੀ ਗੱਲ ਤਾਂ ਇੰਟੈਲੀਜੈਂਸ ਫੇਲ ਤੁਹਾਡਾ ਤੁਸੀਂ ਅਗਰ ਪ੍ਰਚਾਰਾਤੀ ਕਰਨਾ ਸੀ ਆਪਣੀ ਬੇਇੱਜ਼ਤੀ ਕਰਵਾਣੀ ਓਈ ਸੀ ਤੇ ਉਹਨਾਂ ਦਾ ਚੱਲਣ ਤੋਂ ਪਹਿਲਾਂ ਹੀ ਕਰ ਦਿੰਦੇ ਅਗਰ ਇੱਕ ਕਨਫਰਨਟੇਸ਼ਨ ਅਵੋਇਡ ਕਰਨੀ ਸੀ ਅਗਰ ਤੁਸੀਂ ਇਸ ਚੀਜ਼ ਨੂੰ ਮਾਨ ਨਹੀਂ ਬਣਾ ਲਿਆ ਸੀ ਜਾਂ ਤੁਸੀਂ ਵਾਰ-ਵਾਰ ਉਹ ਚੀਜ਼ਾਂ ਨੂੰ ਭਾਫ ਦੇ ਰਹੇ ਦੋ ਦਿਨ ਤੋਂ ਅਨਾਉਂਸਮੈਂਟਾਂ ਕਰ ਰਹੇ ਸੀ ਤੁਹਾਡਾ ਇੰਟੈਲੀਜੈਂਸ ਫੇਲੀਅਰ ਸੀ ਤੁਹਾਨੂੰ ਪਤਾ ਸੀ ਵੀ ਇੱਥੇ 10-15 ਹਜ਼ਾਰ ਬੰਦਾ ਇਕੱਠਾ ਹੋ ਜਾਣਾ ਅਰ ਤੁਹਾਨੂੰ ਇਹ ਵੀ ਪਤਾ ਸੀਗਾ ਵੀ ਇਹ ਬੰਦਿਆਂ ਨੇ ਕਾਨੂੰਨ 'ਚ ਹੱਥ ਵਿੱਚ ਵੀ ਲੈ ਲੈਣਾ ਸਵਾਲ ਇੱਥੇ ਖੜੇ ਹੁੰਦੇ ਆ ਵੀ ਕੀ ਡਿਸੀਜਨ ਲੈਣ ਵਾਲੇ ਲੋਕਾਂ ਨੇ ਅੱਜ ਉਹਨਾਂ ਦੇ ਕੀ ਨਤੀਜੇ ਅੱਜ ਡੀਜੀਪੀ ਦੇ ਉੱਤੇ ਸਵਾਲ ਖੜੇ ਹੁੰਦੇ ਕਿ ਨਹੀਂ ਹੁੰਦੇ ਲਾਅ ਐਂਡ ਆਰਡਰ ਦੇ ਲੈ ਕੇ ਜਿਹਦੇ ਬਾਰੇ ਉਹ ਰੋਜ਼ ਪ੍ਰੈਸ ਕਾਨਫਰੰਸਾਂ ਕਰਦੇ ਆ ਵੀ ਲਾਅ ਐਂਡ ਆਰਡਰ ਬਹੁਤ ਵਧੀਆ ਹੋ ਗਿਆ ਲਾਅ ਐਂਡ ਆਰਡਰ ਲਾਅ ਐਂਡ ਆਰਡਰ ਕੀ ਵਧੀਆ ਹੋ ਗਿਆ ਤੁਸੀਂ ਫੜ ਫੜ ਕੇ ਤੁਸੀਂ ਕ੍ਰਿਮੀਨਲਸ ਨੂੰ ਅੰਦਰ ਕਰੋਗੇ ਠੀਕ ਹੈ ਸਾਰਾ ਕੁਝ ਠੀਕ ਹੈ ਲੇਕਿਨ ਅੱਜ ਜਿਹੜਾ ਮਾਈਂਡ ਸੈਟ ਆ ਲੋਕਾਂ ਦਾ ਕਾਨੂੰਨ ਨੂੰ ਹੱਥ ਚ ਲੈਣ ਦਾ ਕੱਲ ਕਿਸੇ ਦੀ ਹੰਗਲਾਂ ਵੱਟਦੀਆਂ ਸ਼ਰਿਆਂ ਥੋੜੇ ਦਿਨ ਪਹਿਲਾਂ ਫਰੋਈਪੁਰ ਦੇ ਵਿੱਚ ਇੱਕ ਕੁੜੀ ਨੂੰ ਸ਼ਰਿਆਂ ਮੁੰਡਿਆਂ ਨੇ ਕੁੱਟ ਤਾ ਰੋਜ਼ ਨਵਾਂ ਕ੍ਰਿਮੀਨਲ ਪੈਦਾ ਤੇ ਤੁਸੀਂ ਕਹਿੰਦੇ ਹੋ ਕ੍ਰਾਈਮ ਜਿੰਨਾ ਮਰਜ਼ੀ ਅੱਜ ਫੜ ਫੜ ਕੇ ਜਿਹੜੇ ਕ੍ਰਾਈਮ ਕਰ ਰਹੇ ਉਹਨਾਂ ਨੂੰ ਅੰਦਰ ਦੇ ਦੋਗੇ ਲੇਕਿਨ ਕ੍ਰਿਮੀਨਲ ਮਾਈਂਡ ਸੈਟ ਨੂੰ ਤੁਸੀਂ ਕਿਤੇ ਖਤਮ ਕਰੋਗੇ ਤੋ ਕਿਤੇ ਨਾ ਕਿਤੇ ਕੋਲਾਪਸ ਹੋਇਆ ਔਰ ਇਹ ਸਭ ਤੋਂ ਵੱਡਾ ਇਹਦੇ ਵਿੱਚ ਪੁਲਿਸ ਨਾਲੋਂ ਵੀ ਵੱਧ ਲੀਡਰਸ਼ਿਪ ਜਿਹੜੀ ਭਗਵੰਤ ਮਾਨ ਦੀ ਆ ਉਹਦੇ ਤੇ ਵੱਡੇ ਸਵਾਲ ਖੜੇ ਹੁੰਦੇ ਆ ਜਦੋਂ ਰਾਗਵ ਚੱਡੇ ਵਰਗਿਆਂ ਦੀ ਇੰਟਰਫੇਰੈਂਸ ਹੋਣੀ ਜਦੋਂ ਇਹਨਾਂ ਦਿੱਲੀ ਵਾਲਿਆਂ ਦਾ ਰੋਲ ਰਹਿਣਾ ਉਹਨਾਂ ਨੂੰ ਕੀ ਸਮਝ ਆ ਪੰਜਾਬ ਦੀ ਉਹ ਤਾਂ ਉੱਥੇ ਬੈਠ ਕੇ ਫੈਸਲਾ ਕਰਵਾਉਂਦੇ ਐਡਮਿਨਿਸਟ ਦੇਖੋ ਐਡਮਿਨਿਸਟ੍ਰੇਸ਼ਨ ਨੇ ਤਾਂ ਉਹੀ ਕਰਨਾ ਜੋ ਪੋਲਿਟਿਕਲ ਉਹਨਾਂ ਦੇ ਬ ਉਹਨਾਂ ਨੇ ਉਹਨਾਂ ਨੇ ਵੀ ਨੌਕਰੀ ਕਰਨੀ ਆ ਐਂਡ ਉਹ ਮੰਡੇਟ ਦੀ ਇੱਜ਼ਤ ਕਰਦੇ ਉਹ ਕਹਿੰਦੇ ਠੀਕ ਆ ਭਾਈ ਇਹ ਲੋਕਾਂ ਦੇ ਨੁਮਾਇੰਦੇ ਆ ਇਹਨਾਂ ਨੇ ਸਾਡਾ ਫੈਸਲਾ ਕੀਤਾ ਉਹਨਾਂ ਨੂੰ ਕਹਿ ਦਿੰਦੇ ਕਿ ਵੀ ਹਾਂ ਇਹਨੂੰ ਰੋਕ ਲਓ ਇਹਨੂੰ ਰੋਕ ਲਓ ਇਹਨਾਂ ਨੂੰ ਕਰ ਲਓ ਇਹਨਾਂ ਨੂੰ ਕਰ ਲਓ ਕਿਉਂਕਿ ਇਹਨਾਂ ਦੀ ਡਿਸੀਜਨ 메ਕਿੰਗ ਦਿੱਲੀ ਔਰ ਪੰਜਾਬ ਦੇ ਵਿੱਚ ਭਗਵੰਤ ਮਾਨ ਔਰ ਰਾਘਵ ਚੱਡੇ ਦੀ ਲੜਾਈ ਦੇ ਵਿੱਚ ਇਹਦੇ ਵਿੱਚ ਨੁਕਸਾਨ ਤਾਂ ਪੰਜਾਬ ਦਾ ਹੋ ਰਿਹਾ ਕਿਉਂਕਿ ਡਿਸੀਜਨ 메ਕਿੰਗ ਨਹੀਂ ਹੈਗੀ ਔਰ ਨਾ ਇਨੀ ਸਮਝ ਹੈਗੀ ਆ ਪੰਜਾਬ ਵਾਸਤੇ ਵੀ ਪੰਜਾਬ ਦੇ ਫੈਸਲੇ ਕੀ ਕਰਨੇ ਚਾਹੀਦੇ ਵੀ ਅੱਜ ਕੱਲ ਨੂੰ ਉੱਥੇ ਇਹੋ ਜਿਹਾ ਮੌਕਾ ਬਣਿਆ ਹੋਵੇ ਤੇ ਇਹਨਾਂ ਨੂੰ ਇਹ ਇਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਇਹਨਾਂ ਦੇ ਹੱਥ ਪੈਰ ਸੁੱਣ ਪਏਗੇ ਇਹਨਾਂ ਨੂੰ ਮਤਲਬ ਇਹਨਾਂ ਦੇ ਤਾਂ ਫੋਨ ਚੱਕਣੇ ਬੰਦ ਹੋ ਗਏ ਇੱਕ ਪਾਸੇ ਪੰਜਾਬ ਦੇ ਵਿੱਚ ਇਹ ਮਾਹੌਲ ਬਣਿਆ ਹੋਵੇ ਤੁਸੀਂ ਉੱਥੇ ਇਨਵੈਸਟਮੈਂਟ ਸਮਿਟ ਦੀਆਂ ਵੱਡੀਆਂ-ਵੱਡੀਆਂ ਡੀਂਗਾ ਮਾਰ ਰਹੇ ਹੋ ਇਹ ਉਹੀ ਨੌਜਵਾਨ ਆ ਜਿਹਨੂੰ ਤੁਸੀਂ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਇਹ ਉਹੀ ਨੌਜਵਾਨ ਸੜਕਾਂ ਤੇ ਉਤਰਿਆ ਜਿਹੜਾ ਬਦਲਾਅ ਦੇ ਨਾਮ ਦੇ ਉੱਤੇ ਤੁਸੀਂ ਕ੍ਰਾਂਤੀ ਲਿਆਉਣ ਦੇ ਉੱਤੇ ਸਰਕਾਰ ਦਾ ਇਹ ਉਹਨਾਂ ਦਾ ਤੁਹਾਡਾ ਤੋਂ ਵਿਸ਼ਵਾਸ ਟੁੱਟ ਕੇ ਅਜੋ ਕਿਸੇ ਹੋਰ ਧਿਰ ਨਾਲ ਜੁੜਿਆ ਇਹ ਉਹੀ ਬਦਲਾਅ ਵਾਲਾ ਨੌਜਵਾਨ ਆ ਅੱਜ ਉਹਨਾਂ ਨੇ ਪਹਿਲਾਂ ਤੁਹਾਡੇ ਵਿੱਚ ਵਿਸ਼ਵਾਸ ਕੀਤਾ ਅੱਜ ਤੁਹਾਡੇ ਤੋਂ ਵਿਸ਼ਵਾਸ ਉੱਠ ਕੇ ਅੱਜ ਉਹ ਨਵੇਂ ਫਾਰਮੂਲੇ ਵਾਲ ਚੱਲ ਪਿਆ ਵੀ ਸ਼ਾਇਦ ਆਹੀ ਇੱਕ ਰਾਹ ਆ ਜਿਹਦੇ ਨਾਲ ਸ਼ਾਇਦ ਸਾਡੀ ਜ਼ਿੰਦਗੀਆਂ ਦੇ ਵਿੱਚ ਬਦਲਾਅ ਆ ਜਾਊਗਾ ਯੂਥ ਦਾ ਜੇ ਕਹੀਏ ਅਖੀਰ ਚ ਟੋਲ ਸਭ ਯੂਥ ਦਾ ਜੇ ਕਹੀਏ ਕਿ ਸਭ ਤੋਂ ਵੱਡਾ ਰੋਲ ਹੁੰਦਾ ਸਰਕਾਰ ਵਾਲਿਆਂ 'ਚ ਵੀ ਜਵਾਨ 'ਚ ਵੀ ਦੂਜੇ ਪਾਸੇ ਜੇ ਕਹੀਏ ਕਿ ਜੇ ਹੁਣ ਅਮਰਪਾਲ ਦੀ ਵੀ ਮੁਹਿੰਮ ਹੈ ਤਾਂ ਉਹ ਯੂਥ ਕਰਕੇ ਜੇ ਕਿਹਾ ਜਾਵੇ ਉਹ ਵੱਧ ਫੁੱਲ ਰਹੀ ਆ ਹੁਣ ਇੰਨਾਂ ਸਾਰੀਆਂ ਚੀਜ਼ਾਂ 'ਚ ਜੇ ਦੇਖਿਆ ਜਾਵੇ ਯੂਥ ਨੂੰ ਆਖਰਕਾਰ ਕੋਈ ਰਾਹ ਨਹੀਂ ਲੱਭ ਰਿਹਾ ਇਹਦਾ ਮਤਲਬ ਇਹੀ ਹੈ ਵੀ ਪੁਰਾਣਾ ਸਿਸਟਮ ਤੋਂ ਇੰਨਾ ਜ਼ਿਆਦਾ ਦੇਖੋ ਮੈਂ ਫੇਰ ਤੁਹਾਨੂੰ ਕਹਿ ਰਿਹਾ ਅਮਰਿਤਪਾਲ ਨੇ ਆਪਣਾ ਏਜੰਡਾ ਜਿਹੜਾ ਵਾ ਉਹਨੇ ਆਪਣਾ ਉਸ ਹਸਾਬ ਨਾਲ ਕਲੈਰਿਟੀ ਕੀਤੀ ਹੁਣ ਇਹ ਨੌਜਵਾਨ ਨੇ ਫੈਸਲਾ ਕਰਨਾ ਨੌਜਵਾਨ ਨੇ ਪਹਿਲਾਂ ਭਗਵੰਤ ਮਾਨ ਕਾਂਗਰਸ ਅਖਾਲੀ ਦਲ ਨੂੰ ਮਾੜਾ ਕਹਿ ਕੇ ਦਵਾ ਦਵਾ ਇਧਰ ਨੂੰ ਚੱਲ ਪਈ ਉਹਦਾ ਨਤੀਜਾ ਭੁਗਤਿਆ ਨੌਜਵਾਨ ਅੱਜ ਦੇ ਸਮੇਂ 'ਚ ਕਾਲਾ ਵੀ ਬਹੁਤ ਪਿਆ ਇਹ ਉਹੀ ਨੌਜਵਾਨ ਆ ਜਿਹੜਾ ਇੱਕ ਸਮੇਂ ਦੀਪ ਸਿੱਧੂ ਨੂੰ ਪਹਿਲਾਂ ਮਾੜਾ ਚੰਗਾ ਬੋਲਿਆ ਜਿਸ ਦਿਨ ਲਾਲ ਕਿਲੇ ਦੀ ਹਰਕਤ ਹੋਈ ਤਾਂ ਔਰ ਬਾਅਦ ਵਿੱਚ ਉਹਨਾਂ ਸਾਰਿਆਂ ਨੇ ਉਹਦੇ ਭੁਗਤ ਇਕੱਠੇ ਹੋ ਗਏ ਇਉਂ ਹੀ ਨੌਜਵਾਨ ਆ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਨੂੰ ਪਹਿਲੋਂ ਮਾੜਾ ਚੰਗਾ ਬੋਲਿਆ ਜਿਦ ਦਿਨ ਉਹਨਾਂ ਨੇ ਕਾਂਗਰਸ ਜੁਆਇਨ ਕੀਤੀ ਔਰ ਬਾਅਦ ਵਿੱਚ ਉਹਨੂੰ ਹੀ ਸ਼ਹੀਦ ਦਾ ਦਰਜਾ ਦਿੱਤਾ ਅੱਜ ਦਾ ਜਿਹੜਾ ਸਾਡਾ ਨੌਜਵਾਨ ਆ ਨਾ ਉਹ ਤੁਸੀਂ ਵੇਖ ਲਿਓ ਮਤਲਬ ਗਾਲਾਂ ਕੱਢਣ ਵਾਲਾ ਕੋਈ ਨੌਜਵਾਨ ਅਗਰੈਸ਼ਨ ਦੇ ਵਿੱਚ ਆ ਕੇ ਫਰਸਟ੍ਰੇਸ਼ਨ ਦੇ ਵਿੱਚ ਆ ਕੇ ਸਿਸਟਮ ਤੋਂ ਪਰੇਸ਼ਾਨ ਹੋ ਕੇ ਉਹ ਫੇਸਬੁੱਕ ਤੇ ਆਪਣੀ ਫਰਸਟ੍ਰੇਸ਼ਨ ਕੱਢਦਾ ਜਿਹੜਾ ਕੋਈ ਗਾਲ ਕੱਢਦਾ ਵਾ ਉਹ ਅੰਦਰੋਂ ਅੰਦਰੋਂ ਕਿਤੇ ਕਿਤੇ ਨਾ ਕਿਤੇ ਦੁਖੀ ਆ ਸੀ ਤੇ ਨਾ ਕਿਸੇ ਨੂੰ ਗਾਲ ਕੱਢ ਰਿਹਾ ਉਹਨੂੰ ਲੱਗਦਾ ਯਾਰ ਵੀ ਇਹ ਤਾਂ ਮੇਰੇ ਮਨਸੂਬਿਆਂ ਦੇ ਵਿੱਚ ਪਤਾ ਨਹੀਂ ਕਿਉਂ ਕਾਲਾਂ ਕਢਦੇ ਆ ਕਿਉਂ ਲੜਦੇ ਆ ਕਿਉਂ ਹਥਿਆਰ ਚੱਕਦੇ ਆ ਕਿਉਂਕਿ ਉਹਨੂੰ ਲੱਗਦਾ ਵੀ ਹੁਣ ਕੋਈ ਹੱਲ ਨਹੀਂ ਹੈਗਾ ਅੰਦਰੋਂ ਪਰੇਸ਼ਾਨ ਆ ਸੁਸਾਇਸਾਈਡ ਵੱਧ ਰਿਹਾ ਨਸ਼ਿਆਂ ਵੱਲ ਉਹ ਨੌਜਵਾਨ ਜਾ ਰਿਹਾ ਉਹ ਫਰਸਟ੍ਰੇਟ ਹੋ ਕੇ ਉਹ ਜਾਂ ਤਾਂ ਹਥਿਆਰ ਚੁੱਕ ਲੈਂਦਾ ਜਾਂ ਉਹ ਨਸ਼ੇ ਵੱਲ ਚੱਲ ਪੈਂਦਾ ਜਾਂ ਉਹ ਕ੍ਰਾਈਮ ਵੱਲ ਚੱਲ ਪੈਂਦਾ ਉਹਦਾ ਨੌਕਰੀ ਕਰਨ ਨੂੰ ਦਿਲ ਨਹੀਂ ਕਰਦਾ ਬਾਹਰ ਜਾ ਕੇ ਅਸੀਂ ਲੇਬਰ ਕਰਾਂਗੇ ਬਾਹਰ ਜਾ ਕੇ ਟਰੱਕ ਚਲਾਵਾਂਗੇ ਤੇ 4 ਰੁਪਏ ਵੱਧ ਲੇਕਿਨ ਆਪਣੇ ਦੇਸ਼ ਦੇ ਵਿੱਚ ਰਹਿ ਕੇ ਆਪਾਂ ਕੋਈ ਇਹੋ ਜਿਹਾ ਕੰਮ ਨਹੀਂ ਕਰਾਂਗੇ ਸਾਡਾ ਇੱਥੇ ਟੌਟ ਪੱਕਾ ਵਾ ਇੱਥੇ ਅਸੀਂ ਕੋਈ ਕੰਮ ਕਰਕੇ ਰਾਜੀ ਨਹੀਂ ਆ ਇੱਥੇ 15 20000 ਦੀ ਨੌਕਰੀ ਸ਼ਾਇਦ ਕੋਈ ਨਹੀਂ ਕਰਕੇ ਰਾਜੀ ਕਰਨ ਵੀ ਕਿਉਂ ਮੈਂ ਉਹਨਾਂ ਦੀ ਗਲਤੀ ਨਹੀਂ ਕਰ ਰਹਾ ਸਿਸਟਮ ਦੇ ਵਿੱਚ ਇਸ ਤਰੀਕੇ ਦੀ ਇੱਕ ਆਪਾਂ ਇਹ ਕਹਿੰਦੇ ਆ ਫਰਕ ਪੈ ਗਿਆ ਵਾ ਜਿਹਦੇ ਕਰਕੇ ਅੱਜ ਸ਼ਾਇਦ ਇਹ ਨੌਜਵਾਨ ਜਿਹੜਾ ਵਾ ਮਿਸ ਗਾਈਡ ਕਹਿ ਲਓ ਗਾਈਡਡ ਕਹਿ ਲਓ ਉਹ ਆਪਣੀ ਫਰਸਟ੍ਰੇਸ਼ਨ ਕੱਢਣ ਦੇ ਨਵੇਂ-ਨਵੇਂ ਰਾਹ ਲੱਭ ਰਿਹਾ ਉਹ ਇਹ ਜਰੀਏ ਲੱਭ ਰਿਹਾ ਵਾ ਜਿਹਦੇ ਨਾਲ ਉਹਨੂੰ ਲੱਗਦਾ ਵੀ ਸ਼ਾਇਦ ਮੈਂ ਬਹੁਤ ਜਲਦੀ ਵੀ ਮੈਂ ਮੇਰਾ ਆ ਸਾਲ ਚ ਫੈਸਲਾ ਹੋ ਜਾਣਾ ਆ ਚੀਜ਼ ਕਰਦੇ ਉਹਨਾਂ ਨੂੰ ਪਹਿਲੋਂ ਬਦਲਾਵ ਦੇ ਨਾਮ ਤੇ ਇਹਨਾਂ ਨੂੰ ਵੋਟਾਂ ਪਾਤੀਆਂ ਅੱਜ ਉਹਨਾਂ ਨੂੰ ਜਦੋਂ ਹੋਰ ਕੋਈ ਰਾਹ ਨਹੀਂ ਲੱਭਾ ਇਹਨਾਂ ਤੋਂ ਵਿਸ਼ਵਾਸ ਟੁੱਟਿਆ ਤੇ ਅੱਜ ਉਹ ਜਿਹੜਾ ਇਹ ਮਤਲਬ ਹਾਰਡਲਾਈਨ ਆ ਹਾਰਡਲਾਈਨ ਵੱਲ ਨੂੰ ਚੱਲ ਪਏ ਵੀ ਹੁਣ ਤਾਂ ਯਾਰ ਹੋਰ ਕੋਈ ਰਾਹ ਹੀ ਨਹੀਂ ਹੁਣ ਔਰ ਇਸ ਰਾਹ ਦੇ ਉੱਤੇ ਉਹਨਾਂ ਨੇ ਆਪਣਾ ਕੀ ਕਹਿੰਦੇ ਆਪਣਾ ਟੀਚਾ ਬੰਨ ਲਿਆ ਵੀ ਸ਼ਾਇਦ ਆ ਜਿਹੜਾ ਰਾਹ ਤੇ ਚੱਲ ਕੇ ਵੀ ਸ਼ਾਇਦ ਮੇਰੀ ਜ਼ਿੰਦਗੀ ਜਿਹੜੀ ਆ ਸੁਖੀ ਹੋ ਜੂਗੀ ਲੇਕਿਨ ਮੈਂ ਕਹਿਣਾ ਚਾਹੁੰਦਾ ਇਹ ਰਾਹ ਦੇ ਮਾਇਨੇ ਸਮਝੋ ਇਹ ਰਾਹ ਦੇ ਵਿੱਚ ਜਿਹੜੀ ਪਹਿਲੋਂ ਦੀ ਜਿਹੜਾ ਇਤਿਹਾਸ ਪੜੋ ਅੱਜ ਦਾ ਨਹੀਂ ਤੁਸੀਂ ਸਿੰਘ ਸਭਾ ਮੂਵਮੈਂਟ ਕਹਿ ਲੋ ਗੁਰਦੁਆਰਾ ਮੂਵਮੈਂਟ ਕਹਿ ਲੋ ਗਦਰੀ ਮੂਵਮੈਂਟਾਂ ਕਹਿ ਲੋ ਉਹ ਮੂਵਮੈਂਟਾਂ ਦੇ ਵਿੱਚ ਜਿਹੜੇ ਨੁਕਸਾਨ ਝੱਲੇ ਜਾਂਦੇ ਅੱਜ ਦੇ ਸਮੇਂ 'ਚ ਆਪਾਂ ਇਹ ਨੁਕਸਾਨ ਝੱਲਣ ਦੀ ਸ਼ਮਤਾ ਨਹੀਂ ਰੱਖਦੇ ਅੱਜ ਦੇ ਸਮੇਂ 'ਚ ਇਕਨੋਮੀ ਵੇਖੋ ਕਿੱਥੇ ਆ ਅੱਜ ਦੇ ਸਮੇਂ 'ਚ ਇਕਨੋਮਿਕਸ ਤੋਂ ਨਾਲ-ਨਾਲ ਮੋਰਲ ਵੈਲਿਊਜ਼ ਵੇਖੋ ਕਿੱਥੇ ਆ ਅੱਜ ਦੇ ਸਮੇਂ 'ਚ ਮੋਰੈਲਟੀ ਜਿਹੜੀ ਆ ਉਹ ਬਿਲਕੁਲ ਢਹਿ ਢੇਰੀ ਹੋ ਚੁੱਕੀ ਆ ਰਿਸ਼ਤਿਆਂ ਰਿਸ਼ਤਿਆਂ ਦੇ ਵਿੱਚ ਭਾਈ ਭਾਈ ਦਾ ਵੈਰੀ ਹੋ ਚੁੱਕਾ ਵਾ ਔਰ ਇਹ ਸਾਰੀਆਂ ਚੀਜ਼ਾਂ ਕਿਸੇ ਇੱਕ ਬੰਦੇ ਦੇ ਮਗਰ ਲੱਗ ਕੇ ਇੱਕ ਧਿਰ ਦੇ ਮਗਰ ਲੱਗ ਕੇ ਜਾਂ ਇੱਕ ਜ਼ਮੀਨ ਦਾ ਟੋਟਾ ਲੈ ਕੇ ਆਪਣੀਆਂ ਪੂਰੀਆਂ ਕਿਉਂਕਿ ਨੌਜਵਾਨ ਨੂੰ ਕਿਸ ਤਰ੍ਹਾਂ ਕਿਤੇ ਢਿਲੋਂ ਦਾ ਕਹਿਣਾ ਕਿ ਆਖਰ ਨੌਜਵਾਨ ਨੂੰ ਇਹ ਚੀਜ਼ ਦਾ ਸਮਝਣਾ ਹੋਊਗਾ ਕਿ ਨੁਕਸਾਨ ਕੀ ਚ ਹੈ ਫਾਇਦਾ ਕੀ ਚ ਹੈ ਤੇ ਦੂਜੇ ਪਾਸੇ ਇਹ ਕਿ ਆਖਰਕਾਰ ਸਮਾਜਿਕ ਸਿਸਟਮ ਕਿਹਦੇ ਨਾਲ ਚੱਲੂਗਾ ਤੇ ਕਿਉਂਕਿ ਯੂਥ ਇਹ ਇੱਕ ਉਹ ਜੀ ਇਹ ਪਾਵਰ ਹੈ ਜਿਹਨੇ ਸਰਕਾਰਾਂ ਵੀ ਬਦਲੀਆਂ ਸਿਸਟਮ ਵੀ ਬਦਲੇ ਤੇ ਉਹੀ ਗੱਲ ਭਾਵੇਂ ਪਰੇਸ਼ਾਨ ਹਰਾਨ ਪੁਰਾਣੀਆਂ ਸਿਸਟਮ ਤੋਂ ਜ਼ਰੂਰ ਹੈਗੇ ਨੇਗੇ ਪਰ ਅੱਗੇ ਨੂੰ ਐਸੀ ਕੋਈ ਮਾੜਾ ਸਿਸਟਮ ਚੱਲ ਰਹੀ ਹੈ ਤਾਂ ਕਹਿੰਦੇ ਉਹਦੇ ਤੋਂ ਸਾਨੂੰ ਪਿੱਛੇ ਹਟਣਾ ਹੋਊਗਾ ਹਰਾ ਕੀ ਕੱਲ੍ਹ ਵਾਲੇ ਇਨਸੀਡੈਂਟ ਦੇ ਦੇਖਿਆ ਜਾਵੇ ਪੁਲਿਸ ਦੀ ਵੀ ਕਾਰਸ਼ੀਲਤਾ ਤੇ ਓਡੀ ਸਵਾਲ ਖੜੇ ਕਰੇ ਨੇ ਕਿ ਆਖਰ ਜੇਕਰ ਪਰਚਾ ਸੱਚੀੋਂ ਗਲਤ ਸੀਗਾ ਤਾਂ ਫਿਰ ਪਹਿਲਾਂ ਇਨਵੈਸਟੀਗੇਸ਼ਨ ਉਸ ਪੂਰੇ ਮਾਮਲੇ ਦੀ ਕਿਉਂ ਨਹੀਂ ਹੁੰਦੀ ਸੀਨੀਅਰ ਜੀ ਰਿਪੋਰਟਰ ਬੰਤੇਜ ਦੇ ਨਾਲ ਸੁਮੇਂ ਸਿੰਘ ਰੋਜਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ